ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ? ਸਵੇਰੇ ਸਵੇਰੇ ਐਂ ਬਹੁਤ ਟਾਈਮ ਲੱਗ ਜਾਂਦਾ ਸਫਾਈਆਂ ਕਰਨੀ ਮਸ਼ੀਨ ਦੀ, ਪੂਰੀ ਹਵਾ ਹਵਾ ਮਾਰ ਕੇ ਸੁਕਾ ਕੇ। ਐਂ ਟਰੈਕਟਰ ਦੇ ਫਿਲਟਰ ਫੁਲਟਰ ਸਾਫ ਕਰਨੇ ਆ। ਰਸੋਈ ਚ ਪਏ ਤਾਂ ਹੈਗੇ, ਫਿਲਟਰ ਸਾਫ ਕਰਨਾ ਪੈਂਦਾ ਸੁੱਕਾ। ਇਹ ਸਾਰੇ ਵੀਰ ਜ਼ਰੂਰ ਕਰਿਆ ਕਰੋ, ਚਲੋ ਕਰਦੇ ਹੀ ਹੋਣਗੇ, ਸਿਆਣੇ ਆ ਸਾਰੇ ਵੀਰ। ਫਿਲਟਰ ਵੀ ਸਾਫ ਕਰੋ ਤੇ ਆ ਰੇਡੀਏਟਰ ਵੀ ਦੇ ਵਿੱਚ ਵੀ ਮਾਰੋ ਹਵਾ, ਹੈ ਨਾ। ਸੁੱਕਿਆਂ ਨੂੰ ਤਾਂ ਜ਼ਰੂਰੀ ਆ ਵੀ ਸੁੱਕੇ ਰੋਜ਼ ਹੀ ਸਾਫ ਹੋਣ, ਤਾਂ ਉਨਾ ਚੰਗਾ ਵਾ, ਜ਼ਰੂਰੀ ਹੋਣੇ ਚਾਹੀਦੇ ਆ ਸੁੱਕੇ ਫਿਲਟਰ ਤਾਂ ਸਾਫ। ਮੱਕੀ ਬਹੁਤ ਵਧੀਆ ਹਰੀ ਹੋਈ ਆ। ਇਹ ਨਾ ਆਪਾਂ ਉਦਣ ਆਪਣੀ ਮਸ਼ੀਨ ਦੇ ਆਪਾਂ ਬੈੱਡ ਲਵਾਉਣ ਨੂੰ ਰੋਕੇ ਹੋਏ ਸੀਗੇ, ਅਤੇ ਇਹ ਆਪਾਂ ਸ਼ਕਤੀਮਾਨ ਤੋਂ ਬਿਜਾਈ ਸੀਗੀ, ਆਹ ਇੱਥੇ 4 ਕੁ ਕਿੱਲੇ, ਅਤੇ ਉਹ ਆਪਣੇ ਫਾਰਮ 'ਤੇ ਖੜ੍ਹੇ ਹੁੰਦੇ ਨਾ, ਉਹ ਵੀਰਾਂ ਤੋਂ ਬਿਜਾਈ ਸੀ। ਅਤੇ ਪਰ ਇਹਦੇ ਵਿੱਚ ਨਾ ਮੈਂ ਇੱਕ ਪ੍ਰੋਬਲਮ ਦੇਖੀ ਆ, ਪਤਾ ਨਹੀਂ ਇਹ ਮਸ਼ੀਨ 'ਚ ਆ ਜਾਂ ਸਾਰੀਆਂ 'ਚ, ਮੈਨੂੰ ਨਹੀਂ ਪਤਾ ਹੈਗਾ, ਅਤੇ ਜਿਹੜੇ ਵੀਰਾਂ ਕੋਲ ਸ਼ਕਤੀਮਾਨ ਉਹਨਾਂ ਨੂੰ ਪਤਾ ਹੋ। ਇਹਦਾ ਨਾ ਆਹ ਬੈੱਡ ਜਿਹੜਾ, ਆਹ ਬੈੱਡ, ਆਹ ਸਿਆੜ, ਇਹ ਪਹਿਲਾਂ ਹਰਾ ਹੋਇਆ ਅਤੇ ਆਹ ਲੇਟ ਹਰਾ ਹੋਇਆ। ਹਰੇਕ ਬੈੱਡ 'ਤੇ ਇੱਕ ਸਿਆੜ ਪਹਿਲਾਂ ਨਿਕਲਿਆ, ਇੱਕ ਸਿਆੜ ਬਾਅਦ 'ਚੋਂ ਨਿਕਲਿਆ। ਆਹ ਦੇਖ ਲਓ, ਜਿਵੇਂ ਆਹ ਵਾ, ਆਹ ਨਿਕਲ ਰਿਹਾ ਹਜੇ, ਆਹ ਸਿਆੜ ਦੇ ਦਾਣੇ ਨਿਕਲ ਰਹੇ ਆ। ਇਹ ਛੋਟਾ ਵਾ ਦੇਖੋ, ਇੱਕ ਵੱਡਾ, ਆਹ ਦੇ ਆਹ ਇਹਦਾ ਵੀ ਐਵੇਂ ਆ, ਆਹ ਛੋਟਾ ਵਾ, ਹੈ ਨਾ, ਅਤੇ ਆਹ ਵੱਡੇ ਆ। ਆਹ ਦੇ ਇਹਦਾ ਕਿੰਨਾ ਫਰਕ ਆ, ਅਤੇ ਇਹ ਪਤਾ ਨਹੀਂ ਕਿਉਂ ਇੱਦਾਂ ਵਾ, ਸਮਝ ਨਹੀਂ ਆਈ ਮੈਨੂੰ ਵੀ ਇੱਦਾਂ ਕਿਉਂ ਆ। ਅਤੇ ਮੈਂ ਆਇਆ ਸੀ ਗੇੜਾ ਮਾਨ ਕਿ ਦੇਖੀਏ ਵੀ ਕਿੰਨਾ ਕੁ ਹੋਇਆ, ਹੈ ਨਾ, ਅਤੇ ਵੀ ਕਿਵੇਂ ਮੱਕੀ ਨਿਕਲੀ ਜਾਂ ਨਹੀਂ ਨਿਕਲੀ। ਅਤੇ ਇੱਥੇ ਆਉਂਦੇ ਨੂੰ ਹੋਰ ਹੀ ਸਰਪ੍ਰਾਈਜ਼ ਮਿਲ ਗਿਆ, ਚੱਕੋ ਸਰਪ੍ਰਾਈਜ਼। ਭਰਤਾ ਪਾਣੀ ਗੁਆਂਢੀਆਂ ਨੇ, ਅਤੇ ਇਹ ਸਰਪ੍ਰਾਈਜ਼ ਹੀ ਮਿਲ ਜਾਂਦੇ ਹੁੰਦੇ ਆ। ਅੱਗੇ ਆਲੂ ਭਰੇ ਸੀਗੇ ਅਤੇ ਹੁਣ ਮੱਕੀ ਭਰਤੀ, ਦਿਲ 2 ਕਿੱਲੇ ਦੇ ਨੇੜੇ ਆ ਖੱਤਾ, 2 ਦੇ 2 ਭਰਤੇ। ਹੁਣ ਆਪਾਂ ਕਿਹਾ, ਅੱਜ ਤੱਕ ਕਦੀ ਕਿਹਾ ਹੀ ਨਹੀਂ, ਲਾਂਭਾ ਤਾਂ ਦੇਣ ਵਾਲੀ ਦੂਰ ਦੀ ਗੱਲ, ਹੈ ਨਾ। ਅਤੇ ਹੁਣ ਦੱਸੋ ਕੀ ਕਹੀਏ, ਇੱਕ ਵਾਰ ਆਪ ਥੋੜ੍ਹਾ ਟਾਈਮ ਹੋਇਆ ਉੱਦਣ, ਉੱਧਰ ਉੱਧਰਲੇ ਮੋਟਰਾਂ 'ਤੇ ਬੰਦੇ ਨੇ 2 ਕਿੱਲੇ ਆਲੂ ਭਰਤੇ, ਅਤੇ ਮੈਂ ਆਪ ਫੋਨ ਕਰਕੇ ਕਿਹਾ, ਮੈਂ ਕਿਹਾ ਵੀਰੇ ਐਂ ਆਲੂ ਭਰੇ ਗਏ? ਕਹਿੰਦਾ ਕੋਈ ਗੱਲ ਨਹੀਂ ਵੀਰੇ, ਵੀਰੇ ਪਤਾ ਨਹੀਂ ਲੱਗਿਆ, ਮੋਟਰ ਚਲਾਈ ਹੋਈ ਸੀ। ਮੈਂ ਕਿਹਾ ਵੀਰੇ ਯਾਰ ਨਾ ਚਲਾਉਂਦੇ, ਹੈ ਨਾ, ਕੋਲੇ ਖੜ੍ਹ ਕੇ ਚਲਾ ਲੈਂਦੇ, ਵੀ ਲੈਟ ਤਾਂ ਦਿਨੇ ਆਉਂਦੀ ਆਉਂਦੀ ਆ, ਅਤੇ ਉਹ ਦੇਖ ਲਾ ਵੀ ਜਾਣ ਕੇ ਇਹ ਗੱਲਾਂ ਬੋਲੀਆਂ ਵੀਰ ਨੇ। ਹੁਣ ਇਹ ਖੱਤੇ ਨੂੰ ਯਾਰ ਹਜੇ ਪਾਣੀ ਆਪਾਂ ਨਾ ਲਾਉਣਾ ਨਹੀਂ ਸੀ, ਕਿਉਂਕਿ ਗਿੱਲਾ ਬਹੁਤ ਸੀਗਾ ਇਹ। ਆਹ ਤੁਹਾਨੂੰ ਦੀਂਦੇ ਵੀ ਹੋਣਗੇ ਬੈੱਡ, ਹੈ ਨਾ, ਵੀ ਇੰਨੇ ਵਧੀਆ ਬਣੇ ਹੋਏ ਬੈੱਡ, ਇਹਨਾਂ ਨੂੰ ਆਪਾਂ ਹਜੇ ਪਾਣੀ ਲਾਉਣ ਦਾ ਕੋਈ ਵਿਚਾਰ ਨਹੀਂ ਸੀ। ਅਤੇ ਨਾਲੇ ਹਜੇ ਮੱਕੀ ਦਾਰ ਨਿਕਲਦੀ ਆ, ਹੈ ਨਾ, ਕਿ ਕਿਵੇਂ ਪਾਣੀ ਲਾ ਦਿੰਦੇ ਹਨ, ਅਤੇ
ਤੁਸੀਂ ਦੇਖ ਲਓ ਵੀ ਬਿੱਡਾਂ ਦੇ ਉੱਤੋਂ ਦੀ ਪਾਣੀ ਕਰਦਾ। 2 ਕਿੱਲੇ ਤੋਂ ਵੀ ਉੱਪਰ ਹੀ ਖੱਤਾ ਹੋਣਾ ਭਰਦਾ ਜਿਹੜਾ। ਹੁਣ ਦੱਸੋ ਵੀ ਆਹ ਮੱਕੀ ਦਾ ਕੀ ਹਾਲਾਤ ਹੋਊਗਾ ਆਹ ਦਿਨ ਕੀ। ਦੇਖੋ ਬੈੱਡ ਦੇ ਉੱਤੋਂ ਦੀ ਪਾਣੀ ਆ, ਕੀ ਕਰਿਆ ਜਾਵੇ ਦੱਸੋ। ਕਿੰਨੀ ਮਿਹਨਤ ਕਰਦੇ ਹਾਂ ਹੈ ਨਾ, ਸਾਰਾ ਕੁਛ ਉਹ ਕਰਦੇ ਹਾਂ। ਇਹ ਉਹਨਾਂ ਦੇ ਬੰਦੇ ਦੀ ਗਲਤੀ ਹੈ ਜਿਹੜਾ ਨੱਕਾ ਲਾ ਕੇ ਗਿਆ। ਦੇਖ ਲਓ ਇਹ ਹਾਲਾਤ ਹੈ ਇਹਦੇ ਬੰਦਿਆਂ ਦੇ। ਸਾਂਝੀ ਉਹਨਾਂ ਦਾ ਨੱਕਾ ਲਾ ਗਿਆ ਚੁੱਪ ਕਰਕੇ। ਰਾਤ ਨੂੰ ਲਾਈਟ ਤਾਂ ਆਉਣੀ ਆਉਣੀ ਹੈ। ਸਾਰਾ ਡੱਡੂ ਬੋਲ ਗਿਆ, 2 ਕਿੱਲੇ ਤੋਂ ਉੱਪਰ ਖੱਤਾ ਭਰ ਗਿਆ। ਆਹ ਦੇ ਤੇ ਕੰਪੇਰੀਜ਼ਨ ਤੁਹਾਡਾ ਪੂਰਾ ਹੋਊਗਾ ਵੀਰੇ। ਆਹ ਦੇਖੋ ਆਹ ਸਿਆੜ ਕਿੱਡਾ ਖੜਾ, ਅਤੇ ਇਹਦੇ ਤਾਂ ਹਜੇ ਤੂਈਆਂ ਹੀ ਨਿਕਲੀਆਂ ਨੇ, ਜਮਾਂ ਹੀ ਮਾੜੀਆਂ ਮਾੜੀਆਂ। ਆਹ ਦੇਖੋ ਇਹ ਪਤਾ ਨਹੀਂ ਕੀ ਚੱਕਰ ਆ ਸ਼ਕਤੀਮਾਨ ਦੇ ਵਿੱਚ, ਪਤਾ ਨਹੀਂ ਵੀ ਇਹ ਵੀ ਡੂੰਘਾ ਉੱਚਾ ਪੈਂਦਾ ਜਾਂ ਡੂੰਘਾ ਪੈਂਦਾ ਪਤਾ ਨਹੀਂ ਤਾਂ ਮਸ਼ੀਨ, ਕਿਉਂਕਿ ਹਰੇਕ ਬੈੱਡ ਦੇ ਉੱਤੇ ਆ। ਜਿਹੜੇ ਉਹ ਵੀਰ ਆਏ ਸੀ ਉਹਨਾਂ ਨੂੰ ਮੈਂ ਕਿਹਾ ਵੀ ਵੀਰੇ ਇਹਨੂੰ ਠੀਕ ਆ ਮੱਕੀ ਹਰੀ, ਪਰ ਹੋਣੀ ਤਾਂ ਇੱਕ ਸਾਰ ਚਾਹੀਦੀ ਹੈ ਨਾ, ਕਿ ਵੀ ਇੱਕ ਸਾਰ ਹੋ ਜਾਵੇ ਹਰੀ ਉੱਨੀ ਚਲੋ ਵਧੀਆ ਰਹਿੰਦੀ ਹੈ। ਇਹ ਚੱਕਰ ਹੈਗਾ ਕੋਈ ਨਾ ਕੋਈ। ਆਹ ਦੇਖ ਲਓ ਕਿੰਨਾ ਫਰਕ ਦੀਂਦਾ ਵੀ, ਇੱਕ ਸਿਆੜ ਦੀਂਦਾ ਹੀ ਦੀਂਦਾ ਵਾ ਪੂਰਾ, ਇੱਕ ਸਿਆੜ ਹਜੇ ਦੀਨ ਨਹੀਂ ਲੱਗਿਆ। ਇਹ ਸਾਰੇ ਦੇ ਸਾਰੇ ਖੱਤੇ 'ਚ ਐਵੇਂ ਹੈ। ਲੈ ਲਓ ਯਾਰ ਵੀਰੇ, ਹੁਕਮ ਕਰੋ ਕੀ ਚਾਹੀਦਾ ਹੁਣ ਨਹੀਂ ਜੱਟ। ਦੇਖ ਲਓ ਕਿੰਨੀ ਬੁਰੀ ਹਾਲਤ ਆ ਲੋਕਾਂ ਦੀ ਆਪਣੀ। ਆਹ ਦੇਖ ਲਓ ਇੱਥੋਂ ਵੀ ਆ ਨਾ ਆਲੂ ਪੱਟ ਕੇ ਲੈ ਗਿਆ ਕੋਈ, ਦੇਖ ਲਓ ਆਹ ਪੱਟਿਆ ਹੋਇਆ ਇੰਨੀ ਜਗ੍ਹਾ ਹੈ ਨਾ, ਆਹ ਵੱਟ ਪੱਟੀ ਹੋਈ ਆ ਅਤੇ ਆਹ ਡੰਡੀਆਂ ਸਾਰੀਆਂ ਪੱਟ ਕੇ ਲੈ ਗਿਆ। ਦੱਸੋ ਹੁਣ ਜੱਟ ਜ਼ਿਮੀਂਦਾਰ ਕਿੱਥੇ ਕਿੱਥੇ ਆਪਣੇ ਫਸਲ ਦੀ ਰਾਖੀ ਕਰ ਲਵੇ ਕੀ ਦੱਸੋ। ਹੁਣ ਵੇਲ ਵੱਢ ਕੇ ਛੱਡਿਆ ਹੋਇਆ, ਹੁਣ ਆਪਾਂ ਤਾਂ ਉਦੋਂ ਹੀ ਆਉਣਾ ਨਾ ਕਿ ਜਦੋਂ ਆਪਾਂ ਆਲੂ ਪੱਟਣੇ ਹੈ ਨਾ। ਕਿ ਤੁਸੀਂ ਦੇਖ ਲਓ ਵੀ ਇਹ ਆਲੂ ਪੱਟ ਕੇ ਲੈ ਗਿਆ ਇੱਥੋਂ। ਇਹ ਹਾਲਾਤ ਆ ਆਪਣੇ ਲੋਕਾਂ ਦੇ। ਅੱਜ ਚੱਲਦਾ ਕੰਮ ਆਪਣਾ ਪਖਰਾਜ ਆਲੂ ਪੱਟਣ ਦਾ। ਇਹ ਆ ਗਏ ਮੋਹੀ ਵਾਲੇ ਖੇਤ 'ਚ ਆ ਗਏ ਪਖਰਾਜ ਆਲੂ ਪੱਟਣ ਨੂੰ। ਸੋਹਣਾ ਨਿਕਾਲ ਆ। ਬਾਪੂ ਦੀਆਂ ਗੱਲਾਂ ਸੁਣੀਏ, ਬਾਪੂ ਕੋਲ ਇੰਨਾ ਵਧੀਆ ਲੱਗਦਾ ਬਾਪੂ ਦੀਆਂ ਗੱਲਾਂ ਸੁਣੀਏ। ਬਾਪੂ ਗੁਆਂਢੀ ਆ ਆਪਣਾ, ਬਹੁਤ ਗੱਲਾਂ ਨੇ ਬਾਪੂ ਨੂੰ ਪੁਰਾਣੀਆਂ ਗੱਲਾਂ ਸੁਣਾਉਣੀਆਂ। ਬਾਪੂ ਜੀ ਕਿਵੇਂ ਹੋ, ਕਿੱਧਰੋਂ ਆਏ? ਉਹ ਬੁੜੀਆਂ ਲਾਈਆਂ ਪੱਠੇ ਵੱਢਦੀਆਂ ਜਦੋਂ ਹੋਇਆ ਇਹ ਕੰਮ? ਆਪਣਿਆਂ ਨੇ ਸ਼ੁਰੂ ਕਰ, ਹਾਂਜੀ ਆਪਣਿਆਂ ਨੇ ਸ਼ੁਰੂ।
ਗੱਲਾਂ ਤਾਂ ਇਹ ਬਾਹਲੀਆਂ ਵਧੀਆ ਹੈ ਨਹੀਂ, ਅਦਲਾ ਬਦਲੀ ਕਰ ਲੋ ਜੇ ਕਰਨੀ ਆ। ਸਾਡੇ ਪਿੰਡ ਦੇ ਇੱਕ ਬੰਦੇ ਨੇ ਨਾ ਪਿਓ ਤੇ ਚਾਚੀ ਨੂੰ ਇੱਕ ਦਿਨ ਮਾਰੇ ਸੀ ਉਸ ਵੇਲੇ। ਅੱਛਾ ਜੀ। ਇੱਕ ਦਿਨ। ਅੱਛਾ ਜੀ। ਚਾਚੀ ਵਿਧਵਾ ਹੋ ਗਈ ਸੀ, ਮੁੰਡਾ ਚਾਚੀ ਦਾ ਮੇਰਾ ਹਾਣੀ ਸੀ। ਆ ਠੀਕ ਹੈ। ਖੱਤੇ ਕੈੜੇ ਹੋ ਗਏ ਤੇ ਤਵੀਆਂ ਹੋ ਗਈਆਂ, ਇੱਕ ਮਸ਼ੀਨ ਦੀਆਂ ਪਿੰਗੀਆਂ, ਤਾਂ ਹੁਣ ਤਵੀਆਂ ਨਵੀਆਂ ਪਾਉਣੀਆਂ ਪੂਰੀਆਂ ਹੈਵੀ 'ਚ, ਦੋ ਚਾਰ ਸੈੱਟ ਬਦਲ ਦੇਣਾ। ਆਹ ਦੇਖ ਲਓ ਵੀਰੇ, 17 ਹਲ ਚੱਲਦੇ ਇਹਦੇ, ਮਗਰ ਵੀ ਬਿਲਕੁਲ ਵੀ ਦਬਣ ਦਾ ਨਾਂ ਨਹੀਂ ਹੁੰਦਾ, ਪੂਰੀ ਲੈਫਟ ਥੱਲੇ ਸੈੱਟ ਕੇ, ਹੈ ਨਾ ਜੀ, ਦੇਖ ਲਓ। ਅਤੇ ਕੁਛ ਵੀ ਆਪਣਾ ਕਿਰਾਇਆ ਨਹੀਂ ਹੋਇਆ, ਰੂਟਰ ਪੰਪ ਹੈ ਨਾ, ਵਿੱਚ ਵੀਰ ਕਹੀ ਜਾਂਦੇ ਹੁੰਦੇ ਵੀ ਰੂਟਰ ਪੰਪ ਜ਼ੋਰ ਨਹੀਂ ਲਾਉਂਦਾ, ਐਂ ਨਹੀਂ ਕਰਦਾ, ਕੋਈ ਮਤਲਬ ਹੀ ਨਹੀਂ ਇਹਨੂੰ ਵੀਰੇ, ਨਾ ਦਬਦਾ, ਦੇਖ ਲਓ ਹੈਗੀ ਆ ਧੂੰਆਂ ਜਮਾਂ ਵੀ, ਨਾ ਮੋੜ 'ਤੇ ਕਦੇ ਬ੍ਰੇਕਾਂ ਦੀ ਲੋੜ ਹੈ ਇਹਨੂੰ, ਇਹਦਾ ਬਾਹਲਾ ਸੋਹਣਾ ਚੱਲਦਾ ਟਰੈਕਟਰ। ਜਦੋਂ ਜਾਣ ਕੇ ਮੈਂ ਚਲਾਉਂਦਾ ਹੁੰਦਾ ਸੀ, ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹਦੇ ਨਾਲ ਨਾ ਮੈਂ 8 ਕਿੱਲੇ ਵਾਹ ਦਿੰਦਾ ਹੁੰਦਾ ਸੀਗਾ ਇੱਕ ਘੰਟੇ ਦੇ ਵਿੱਚ, 8 ਲੀਟਰ ਤੇਲ ਖਾਂਦਾ ਜੀ, 8 ਤੋਂ 9 ਲੀਟਰ ਤੇਲ। ਇੱਧਰ ਚੱਲਦਾ ਆਪਣਾ 54.5 ਜੌਂਡੀਅਰ 'ਤੇ, 9 ਫੁੱਟੇ ਰੋਟਾਵੇਟਰ 'ਤੇ, ਵੀ ਵਾ ਤੇਜ਼ ਹੀ ਤੋਰਨਾ ਹੁੰਦਾ ਵੀ ਵਾ ਬਰੀਕ ਜਿਹਾ ਹੋ ਜਾਵੇ। ਉੱਧਰ ਗੁਰਮੇਲ ਬਾਈ ਕਰਾਹ ਲਾਈ ਜਾਂਦਾ, ਬਸ ਉਹ ਘੇਰਾ ਰਹਿ ਗਿਆ, ਉਹ 'ਚ ਆਪਾਂ ਬੀਜ ਦੇਣੀ ਆ ਮੂੰਗੀ, ਕੱਲ੍ਹ ਨੂੰ ਉਹਦੀ ਕਰਨ ਲੱਗ ਜਾਣਾ ਰਾਉਣੀ ਆਪਾਂ, ਅਤੇ ਆਹ ਲਾਈਨ 'ਚ ਤਾਂ ਮੱਕੀ ਬੀਜਾਂਗੇ, ਆਹ 3 ਟੱਕ ਮੱਕੀ ਦੇ ਬੀਜ ਦੇਣੇ, ਉੱਧਰ 2 ਲਾਈਨਾਂ 5 ਕਿੱਲੇ ਦੇ ਨੇੜੇ, ਉਹ ਆਪਾਂ ਮੂੰਗੀ ਬੀਜ ਦੇਣੀ। ਮੈਂ ਗੱਲ ਕਰਦਾ 50-75 ਦੀ, ਤੁਸੀਂ ਦੇਖ ਲਓ ਵੀ 50-75 ਤੀਜੇ ਬੀਚ ਚੱਲਦਾ ਹੈ ਨਾ, ਅਤੇ ਪੂਰਾ ਵਧੀਆ ਤੋਰਾ ਵਾ, ਕੋਈ ਤੋਰਾ ਘੱਟ ਨਹੀਂ ਹੈਗਾ, ਕੁਛ ਨਹੀਂ ਹੈਗਾ, ਹਲ ਦੇਖ ਲਓ ਕਿੰਨੇ ਡੂੰਘੇ ਲੱਗੇ ਹੋਏ ਆ। ਆਪਾਂ ਇਹਦਾ ਕੁਛ ਵੀ ਨਹੀਂ ਕਰਾਇਆ ਹੋਇਆ, ਕੋਈ ਮੋਡੀਫਿਕੇਸ਼ਨ ਨਹੀਂ ਕਰਾਈ ਹੋਈ, ਕੁਛ ਵੀ ਨਹੀਂ ਕਰਾਇਆ ਹੋਇਆ ਹੈ ਨਾ, ਦੇਖ ਲਓ 18-1900 ਚੱਕਰ 'ਤੇ ਚੱਲਦਾ ਵਾ, ਬਸ ਠੀਕ ਆ, ਇੰਨਾ ਤੋਰਾ ਵਾਧੂ ਲੱਗਦਾ ਆਪਾਂ, ਪੂਰੀ ਲੈਫਟ ਦੋਨੇ ਲੀਵਰ ਥੱਲੇ ਸਿੱਟੇ ਹੋਏ ਆ, ਕੋਈ ਲੀਵਰ ਨਹੀਂ ਉੱਪਰ ਚੱਕਿਆ ਹੋਇਆ, ਨੋਰਮਲ ਪੂਰਾ ਵਧੀਆ ਟਰੈਕਟਰ ਚੱਲਦਾ। ਦੇਖ ਲਓ ਧੂੰਆਂ, ਕੋਈ ਸਮੋਕ ਦਿਖਾ ਦਿਉ, ਕੋਈ ਦਬਦਾ ਹੋਵੇ, ਆਹ ਵਾਹੀ ਕਰਨੀ ਹੁੰਦੀ ਆਪਾਂ ਹਲਾਂ ਨਾਲ, ਹੈ ਨਾ, ਉਹ ਜਿਹੜਾ ਭਜਾ ਭਜਾ ਕੇ ਦਿਖਾਉਣਾ ਉਹ ਕਿਹੜੇ ਖੱਤਿਆਂ 'ਚ ਭੱਜਦਾ, ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਉਹ ਕਿੱਥੇ ਭੱਜਦੇ ਹੁੰਦੇ ਉਨੇ ਟਰੈਕਟਰ, ਵੀ ਜਦੋਂ ਆਪਾਂ ਹਾਲੀ ਠੋਕ ਕੇ ਲਾਉਂਦੇ ਹਾਂ ਫਿਰ ਤਾਂ ਉਵੇਂ ਤਾਂ ਭੱਜਦੇ ਹੀ ਨਹੀਂ ਕਿਤੇ ਟਰੈਕਟਰ, ਜਿਹੜੇ ਭਜਾ ਭਜਾ ਦਿਖਾਉਂਦੇ ਹੁੰਦੇ ਆ ਵੀ ਐਵੇਂ ਤਵੀਆਂ ਚੱਲਣੀਆਂ ਜਾਂ ਇੱਦਾਂ ਆਹ ਚੱਲਣਾ, ਹੈ ਨਾ, ਸਾਡੇ ਤਾਂ ਭੱਜਦੇ ਨਹੀਂ ਕਿਤੇ, ਅਸੀਂ ਤਾਂ ਚੱਕਾ ਜਾਮ ਕਰਕੇ ਰੱਖ ਦਈਦਾ ਟਰੈਕਟਰਾਂ ਦਾ ਵੱਡੇ ਵੱਡਿਆਂ ਦਾ, ਕਿਉਂਕਿ ਭੱਜਦੇ ਹੀ ਨਹੀਂ ਹੈਗੇ ਟਰੈਕਟਰ ਐਵੇਂ ਤੁਹਾਨੂੰ ਕਹੀਏ, ਅਤੇ ਨੋਰਮਲ ਚੱਲਦੇ ਆ ਪੂਰੇ ਵਧੀਆ ਟਰੈਕਟਰ, ਚੱਲਣਾ ਕੰਮ ਇਹਨਾਂ ਨਹੀਂ ਦੇਣਾ, ਐਵੇਂ ਇੰਨੀ ਸਪੀਡ ਵਾਲਿਆਂ ਨੇ ਕੰਮ ਦੇਣਾ ਹੁੰਦਾ, ਅਤੇ ਹੋਰ ਕਿਸੇ ਨੇ ਕੰਮ ਦੇਣਾ ਹੀ ਨਹੀਂ, ਅਤੇ ਪੂਰੇ ਵਧੀਆ ਚੱਲਦਾ ਵਾ, ਕਦੇ ਇਹਦਾ ਕੁਛ ਕਰਵਾਇਆ ਨਹੀਂ ਅੱਜ ਤੱਕ, ਹੈ ਨਾ, ਨੋਰਮਲ ਚੱਲਦਾ ਵਾ। ਆਪਾਂ ਤਾਂ ਕਿਸੇ ਟਰੈਕਟਰ ਦੀ ਮੋਡੀਫਿਕੇਸ਼ਨ ਨਹੀਂ ਕਰਾਈ, ਆਪਦੀ ਪਹਿਲਾ ਟਰੈਕਟਰ ਆਪਾਂ ਉਹਦਾ ਉਹ ਕਰਵਾਇਆ ਵਾ, ਜਿਹੜਾ ਆਪਣਾ 90-10 ਆ ਉਹਦਾ ਪਹਿਲੀ ਵਾਰ ਕਰਵਾਇਆ, ਨਹੀਂ ਹੋਰ ਤਾਂ ਕਿਸੇ ਦਾ ਨਹੀਂ ਕੁਛ ਵੀ ਕਰਵਾਇਆ। ਵਾਹੀ ਨੂੰ ਯਾਰ ਆਹ ਤੋਰਾ ਤੋਰਨਾ ਹੁੰਦਾ, ਜੇ ਆਪਾਂ ਪੂਰੀ ਠੋਕ ਕੇ ਵਾਹੁਣੀ ਆ, ਹੈ ਨਾ, ਜ਼ਮੀਨ ਵਧੀਆ ਵਾਹੁਣੀ ਆ ਟਿਕਾ ਕੇ, ਵੀ ਜਿਹੜੀ ਸਵਾਦ ਵੀ ਆਵੇ ਵਾਹੀ ਕਰਨ, ਅਸਲੀ ਸਵਾਦ ਤਾਂ ਐਵੇਂ ਵਾਹੁਣ ਦਾ ਹੀ ਆ ਵੀ ਟਰੈਕਟਰ ਦੇ ਹਲ ਲੱਗੇ ਹੋਣ ਪੂਰੇ ਠੋਕ ਕੇ, ਅਤੇ ਕਿਵੇਂ ਕਿਵੇਂ ਕੋਈ ਕਰ ਜਾਵੇ, ਹੈ ਨਾ, ਕਿਵੇਂ ਸਾਲਾ ਟਰੈਕਟਰ ਟੱਪ ਜਾਵੇ ਦੋ ਪ੍ਰਕਾਰਨ ਦੇ ਵਿੱਚ। ਮੇਰੇ ਕੋਲ ਮੈਂ 855 ਚਲਾਉਂਦਾ ਹੁੰਦਾ ਸੀ ਪਹਿਲਾਂ, ਚਲੋ ਪਹਿਲਾਂ 500 ਵੀ
855 ਵੀ ਟਾਪ ਲੋ ਚ ਪਾਉਂਦਾ ਰਿਹਾ। ਕਿਉਂ? ਕਿਉਂਕਿ ਮੈਨੂੰ ਐਂ ਹੁੰਦਾ ਸੀ ਵੀ ਯਾਰ ਟਰੈਕਟਰ ਦੂਜੀ ਵਾਰ 'ਚ ਉੱਭੜੇ ਨਾ, ਵੀ ਇੰਨੇ ਹਲ ਠੋਕ ਕੇ ਲਾਉਣੇ ਆ ਵੀ ਟਰੈਕਟਰ ਸਾਲਾ ਐਨ ਮਲਾਈ ਵਾਂਗੂ ਚੱਲੇ ਦੋਹਰ ਕਰਨ ਦੇ, ਵੀ ਕਿਵੇਂ ਝੜਕਾ ਮਾਰ ਜਾਵੇ ਟਰੈਕਟਰ ਵੀ ਉੱਪਰ ਦੀ, ਵੀ ਹਾਂ ਚੱਕ ਚੱਕ ਮਾਰੇ ਟਰੈਕਟਰ। ਆਪਾਂ ਨਹੀਂ ਕਦੇ ਵੀ ਐਂ ਤੇਜ਼ੀ ਕਰੀ, ਬਿਲਕੁਲ ਵੀ ਨਹੀਂ ਤੇਜ਼ੀ ਕਰੀ। ਫੋੜ ਰਿਹਾ ਵਾ, ਫੋੜ ਨਾਲ ਟਾਪ ਲੋ 'ਚ ਪਾਉਂਦਾ ਰਿਹਾ। ਆਹ 53-10 50 75 53 ਦੱਸ ਰਿਹਾ, ਉਹਦੇ ਨਾਲ ਦੂਜੇ ਬੀਚ, ਦੂਜੇ ਬੀਚ ਤੋਂ ਬਿਨਾਂ ਪਾਉਂਦਾ ਹੀ ਨਹੀਂ ਸੀ, ਦੂਜੇ ਬੀਚ ਹੀ ਵਾਇਆ 53-10 ਨਾਲ, ਹੈ ਨਾ। ਅਤੇ ਮੈਂ ਕਦੇ ਕੁਛ ਇਹੋ ਜਿਹਾ ਕਰਿਆ ਹੀ ਨਹੀਂ ਆਪਾਂ। ਅਤੇ ਮੈਨੂੰ ਕਦੇ ਕੋਈ ਉਹ ਦਿੱਕਤ ਹੀ ਨਹੀਂ ਆਈ। ਆਪਾਂ ਤਾਂ ਪੂਰੀ ਇੰਨਾ ਹੁੰਦਾ ਆਪਾਂ ਨੂੰ ਵੀ ਹਲ ਪੂਰੇ ਠੋਕ ਕੇ ਲਾਉਣੇ ਆ, ਅਤੇ ਵੀ ਹਲ ਲੱਗੇ ਹੁਣ ਪੂਰੇ ਠੋਕਵੇਂ ਬਸ, ਫਿਰ ਆਪੇ ਠੀਕ, ਹੋਰ ਆਪਾਂ ਨੂੰ ਕੁਛ ਨਹੀਂ। ਹੁਣ ਚੱਲਦੇ ਹਾਂ ਆਪਾਂ ਆਲੂ ਕਟਾਈ ਵਾਲਿਆਂ ਕੋਲ, ਉੱਥੇ ਦੇਖਦੇ ਹਾਂ ਜਾ ਕੇ ਕਿੰਨਾ ਕੁ ਕੰਮ ਨਿਬੜਿਆ। ਲਓ ਜੀ, ਚੱਲਦਾ ਪਖਰਾਜ ਦੀ ਆਲੂ ਦਾ ਕੰਮ। ਦੇਖ ਲਓ ਸਾਈਜ਼ ਕਿੰਨਾ ਸੋਹਣਾ ਬਣਿਆ ਹੋਇਆ, ਪੂਰਾ ਮੋਟਾ ਮੋਟਾ ਸਾਈਜ਼ ਆ। ਝਾੜ ਵੀ ਬਹੁਤ ਵਧੀਆ ਇਹਦਾ ਪਖਰਾਜ ਆਲੂ ਦਾ, ਅਤੇ ਵੱਡਾ ਟਰਾਲਾ ਅੱਜ ਫਿਰ ਭਰਦਾ ਵਾ ਇੱਥੋਂ, ਰਾਤ ਕੱਲ੍ਹ ਭਰਿਆ, ਬੜਾ ਨਜ਼ਾਰਾ ਦਿੱਤਾ। ਇਹਦਾ ਇਉਂ ਮੁੱਲ ਇਹਦਾ ਫਾਇਦਾ ਹੈਗਾ ਕਿ ਯਾਰ ਇਹ ਧੌਸਦਾ ਨਹੀਂ ਹੈਗਾ ਵੱਡਾ ਟਰਾਲਾ, ਨਾ ਵੱਡਾ ਟਰਾਲਾ ਇਹ ਧੌਸਦੀ ਨਹੀਂ, ਟਰਾਲੀ ਡਬਲ ਟੈਰੀ ਕਰਕੇ ਹਾਲੀ ਲੈ ਜਾਂਦਾ ਜਿੱਥੋਂ ਵੀ ਜਾਣਾ ਵਾ, ਇਹ ਬਹੁਤ ਫਾਇਦਾ। ਉਹ 22-ਫੁੱਟੀ ਟਰਾਲੀ ਬਹੁਤ ਜ਼ਿਆਦਾ ਧੌਸਦੀ ਹੈ, 22-ਫੁੱਟੀ ਤਾਂ ਪੁੱਛ ਹੀ ਨਾ ਯਾਰ, ਇੰਨੀ ਧੌਸ ਜਾਂਦੀ ਆਪਣੀ ਬਾਈ, ਗੇੜੇ 'ਤੇ ਗੇੜੇ ਲਾਈ ਜਾਂਦਾ ਮਸ਼ੀਨ 'ਤੇ, ਠੀਕ ਆ ਰਹਿੰਦਾ ਵੀਰ ਬਾਈ ਦੇ ਦੂਜੇ ਲੋਡ 'ਤੇ ਭੱਜ ਲੈਂਦਾ, ਇੰਨੇ ਟਾਈਮ ਦਾ ਇਹਨਾਂ ਘਰ ਨੂੰ ਭੱਜ ਲੈਣਾ ਸੀਗਾ ਚੱਲਿਆ। ਇਹਦਾ ਪੂਰੀ ਨਿਗ੍ਹਾ ਨਾਲ ਫੜਦਾ ਬਾਈ ਸਾਡਾ ਆਲੂ, ਵੀ ਇੱਕ ਵੀ ਆਲੂ ਵੱਢਿਆ ਨਾ ਜਾਵੇ, ਪਰ ਬਹੁਤ ਵੱਢ ਦਿੰਦਾ ਜੇ ਮਗਰ ਨਾ ਗੇੜਾ ਮਾਰੀਏ, ਆਲੂਆਂ 'ਤੇ ਵੱਢ ਵੱਢ ਕੇ ਢੇਰ ਲਾ ਦਿੰਦਾ ਬਾਈ ਸਾਡਾ। ਫਿਰ ਵੀ ਰੰਗ ਠੀਕ ਆ, ਕੋਈ ਮਾੜਾ ਨਹੀਂ ਹੈਗਾ, ਰੰਗ ਸੋਹਣਾ ਬਣਾ ਚਿੱਟਾ ਵਾ। ਖੇਤ ਗਏ ਪੂਰੇ ਸੁੱਕ, ਅਤੇ ਕੱਲ੍ਹ ਨੂੰ ਅੱਜ ਪੜਤੇ 3 ਕਿੱਲੇ ਤੋਂ ਉੱਪਰ ਵੱਟਿਆ ਗਿਆ ਹੋਣਾ ਮਾਲ, ਨਾਲ ਦੀ ਬੋਰੀਆਂ ਬੋਰੀਆਂ ਦੀਨੀਆਂ ਭਰੀਆਂ ਖੜੀਆਂ ਸਨ। ਜੇ ਟਰਾਲੇ 'ਚ ਆ ਜਾਣਾ ਕਾਫੀ ਮਾਲ, ਇਹੀ ਆਹ ਖਿੱਤੇ 'ਚੋਂ ਵੀ ਆਲੂ ਦੀਆਂ ਵੱਟਾਂ ਬਹੁਤ ਪੱਟੀਆਂ ਹੋਈਆਂ, 4-5 ਵੱਟਾਂ ਪੱਟੀਆਂ ਹੋਈਆਂ। ਦੱਸੋ ਕੀ ਆ, ਪਤਾ ਨਹੀਂ ਸਮਝ ਕੀ ਚੋਰੀ ਕਰਕੇ ਮਿਲਦਾ, ਪਤਾ ਨਹੀਂ ਕੀ ਆ ਬੰਦੇ। ਇੱਧਰ ਇਹ ਲੇਬਰ ਲੱਗੀ ਹੋਈ ਆ, ਇਹ ਆਪਣੇ ਜਿਹੜੇ ਦਿਹਾੜੀ ਵਾਲੀਆਂ ਲੇਬਰ ਆ, ਉਹ ਜੰਬੀ ਬਾਈ ਉਹ ਚਿੱਟੀ ਮੋਟਰ 'ਤੇ ਫਿਰਦਾ, ਉਹ ਖੜਾ ਟਰੈਕਟਰ ਉੱਧਰ ਦੂਜੇ ਪੱਟਦੇ ਆ ਜਿਹੜੇ ਠੇਕੇ ਵਾਲੇ, ਉਹਨਾਂ ਨੇ ਵੀ 3-4 ਕਿੱਲੇ ਪੱਟਦੇ ਆ। ਤੁਗਿਆ ਵੱਡੀ ਟਰਾਲੀ, ਮਗਰੋਂ ਪਹਿਲਾਂ ਭਰ ਲਿਆ, ਮੂਹਰੇ ਬਾਅਦ 'ਚੋਂ ਭਰੀ ਆ ਕੇ।
ਤੂੰ ਕਹਿ ਇਹਨੂੰ ਮਗਰੋਂ ਪਹਿਲਾਂ ਭਰ ਲਿਆ ਹੋਰ ਤਸੋ ਨਾ ਦੀ ਰਾਤ ਨੂੰ ਉਹ ਆ ਵਿਚ ਨੂੰ ਕਰਾ ਦਸੋਤੀ ਐਵੇਂ ਬਿਨਾਂ ਮਤਲਬ ਤੋਂ ਕਿੰਨਾ ਹਨੇਰਾ ਹੋ ਗਿਆ ਇਹਦੀ ਆਵਾਜ਼ ਦੇਖ ਝੋਟੇ ਦੀ ਜਦੋਂ ਨਾ ਸਟਾਰਟ ਹੋ ਕੇ ਤੁਰਦਾ ਉਦੋਂ ਦੇ ਹਾਂ ਹਾਂ ਆਹ ਦੇਖੋ ਵੀਰੇ ਆਹ ਕੰਮ ਦਿੰਦਾ ਆਪਣਾ ਟੈਂਪੂ ਹਰ ਟਾਈਮ ਠੀਕ ਨਹੀਂ ਪੁੱਛਦੇ ਹੁੰਦੇ ਵੀਰੇ ਵੀ ਵੀਰੇ ਕੀ ਕੰਮ ਆਉਂਦਾ ਵਾ ਆਹ ਕੰਮ ਆਉਂਦਾ ਦਿਲ ਜਿੰਨੀ ਲੇਬਰ ਆ ਸਾਰੀ ਇਕੱਠੀ ਕਰਕੇ ਲੈ ਜਾਣੇ ਪਹਿਲਾਂ ਹੁਣ ਗੇੜਾ ਲਾਊਗਾ ਇੱਕ ਦੂਜੀ ਪਾਰਟੀ ਦਾ ਉਹਨਾਂ ਦਾ ਗੇੜਾ ਲਾਉਣਾ ਵਾ ਅਤੇ ਇੱਦਾਂ ਵਾ ਫਿਰ ਦਿਨੇ ਇਹ ਆਲੂ ਢੋਈ ਜਾਂਦਾ ਰਹਿੰਦਾ ਸਟੋਰਾਂ ਦੇ ਵਿੱਚ ਕਦੀ ਕਿਹੜੇ ਸਟੋਰ 'ਚ ਲਾਇਆ 200 ਗੱਟੂ ਪਾ ਕੇ ਕਦੀ ਕਿਹੜੇ ਸਟੋਰ 'ਚ ਲਾਇਆ ਐਵੇਂ ਕੰਮ ਦਿੰਦਾ ਆਪਾਂ ਨੂੰ ਇਹ ਟੈਂਪੂ ਬਹੁਤ ਜ਼ਿਆਦਾ ਕੰਮ ਦਿੰਦਾ ਥੋੜ੍ਹਾ ਨਹੀਂ ਬਹੁਤ ਕੰਮ ਦਿੰਦਾ